90 ਦੇ ਦਸ਼ਕ ਦੀ ਮਸ਼ਹੂਰ ਗਾਇਕਾ ਅਲਕਾ ਯਾਗਨਿਕ ਨੂੰ ਆਖਿਰਕਾਰ ਕਿਉਂ ਕਹਿਣਾ ਪਿਆ ਹੈ ਕਿ ਮੇਰੇ ਲਈ ਦੁਆ ਕਰੋ। ਜੀ ਹਾਂ, ਅਲਕਾ ਯਾਗਨਿਕ ਦੇ ਗੀਤ ਸਭ ਨੇ ਸੁਣੇ ਨੇ। ਅੱਜ ਤੱਕ ਅਲਕਾ ਯਾਗਨਿਕ ਦੇ ਗੀਤ ਐਸੇ ਨੇ ਕਿ ਹਰ ਕੋਈ ਉਹਨਾਂ ਦੀ ਆਵਾਜ਼ ਦਾ ਫੈਨ ਹੈ। ਲੇਕਿਨ ਅਲਕਾ ਯਾਗਨਿਕ ਨਾਲ ਹੁਣ ਜੋ ਹੋਇਆ ਹੈ ਉਹ ਸਭ ਨੂੰ ਹਿਲਾ ਕੇ ਰੱਖ ਦੇਗਾ। ਜੀ ਹਾਂ, ਅਲਕਾ ਯਾਗਨਿਕ ਨੇ ਰੀਸੈਂਟਲੀ ਇੱਕ ਪੋਸਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਸੁਣਨਾ ਬੰਦ ਹੋ ਗਿਆ ਹੈ। ਸਿੰਗਰ ਅਲਕਾ ਯਾਗਨਿਕ ਦੀ ਡਾਕਟਰੀ ਜਾਂਚ ਦੇ ਵਿੱਚ ਰੇਅਰ ਕੰਡੀਸ਼ਨ ਦਾ ਪਤਾ ਲੱਗਿਆ ਹੈ। ਉਹਨਾਂ ਨੂੰ ਅਚਾਨਕ ਸੁਣਨਾ ਬੰਦ ਹੋ ਗਿਆ ਹੈ। ਉਹਨਾਂ ਨੇ ਇੱਕ ਪੋਸਟ ਦੇ ਵਿੱਚ ਆਪਣੇ ਕਰੀਬੀਆਂ ਤੇ ਫੈਨਸ ਨੂੰ ਦੱਸਿਆ ਹੈ ਕਿ ਉਹਨਾਂ ਨੂੰ ਇਹ ਸਭ ਹੋਇਆ ਹੈ ਤੇ ਹਜੇ ਸਭ ਨੂੰ ਰਿਕੁਐਸਟ ਕੀਤੀ ਹੈ ਕਿ ਉਹਨਾਂ ਲਈ ਦੁਆ ਕਰਨ ਤੇ ਨਾਲ ਹੀ ਨਾਲ ਉਹਨਾਂ ਨੇ ਸਾਵਧਾਨ ਵੀ ਕੀਤਾ ਹੈ ਕਿ ਉੱਚੇ ਮਿਊਜ਼ਿਕ ਤੇ ਜ਼ਿਆਦਾ ਹੈੱਡਫੋਨਸ ਦਾ ਇਸਤੇਮਾਲ ਨਾ ਕਰਨ। ਆਪਣੀ ਪੋਸਟ ਪਾਉਂਦੇ ਹੋਏ ਅਲਕਾ ਯਾਗਨਿਕ ਨੇ ਲਿਖਿਆ, ਮੇਰੇ ਸਾਰੇ ਫੈਨਸ, ਦੋਸਤ, ਫੋਲੋਅਰਸ ਤੇ ਵੈਲ ਵਿਸ਼ਸ, ਕੁਝ ਹਫ਼ਤੇ ਪਹਿਲਾਂ ਮੈਂ ਫਲਾਈਟ ਤੋਂ ਆ ਰਹੀ ਸੀ, ਤਦ ਮੈਨੂੰ ਪਤਾ ਚੱਲਿਆ ਕਿ ਮੈਨੂੰ ਕੁਝ ਸੁਣ ਨਹੀਂ ਰਿਹਾ। ਕੁਝ ਹਫ਼ਤੇ ਤੱਕ ਹਿੰਮਤ ਜੁਟਾਉਣ ਤੋਂ ਬਾਅਦ ਮੈਂ ਹੁਣ ਆਪਣੀ ਚੁੱਪੀ ਤੋੜਨਾ ਚਾਹੁੰਦੀ ਹਾਂ, ਜੋ ਮੈਨੂੰ ਪੁੱਛ ਰਹੇ ਸੀ ਕਿ ਆਖਿਰਕਾਰ ਮੈਂ ਕਿੱਥੇ ਗਾਇਬ ਹਾਂ। ਮੇਰੇ ਡਾਕਟਰਸ ਨੇ ਇੱਕ ਰੇਅਰ ਸੈਂਸਰੀ ਨਿਊਰਲ ਨਰਵ ਹੀਅਰਿੰਗ ਲੌਸ ਡਾਇਗਨੋਸ ਕੀਤਾ ਹੈ। ਇਹ ਵਾਇਰਲ ਅਟੈਕ ਤੋਂ ਬਾਅਦ ਹੋਇਆ ਹੈ। ਮੈਂ ਇਸ ਨੂੰ ਸਵੀਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਮੇਰੇ ਲਈ ਦੁਆ ਕਰੋ। ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਦੱਸਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਅਚਾਨਕ ਸੁਣਨਾ ਬੰਦ ਹੋ ਗਿਆ। ਫਿਲਹਾਲ ਡਾਕਟਰਸ ਨੇ ਬਿਮਾਰੀ ਦਾ ਤਾਂ ਪਤਾ ਲਗਾ ਲਿਆ ਹੈ, ਲੇਕਿਨ ਹਜੇ ਇਸਦਾ ਇਲਾਜ ਚੱਲ ਰਿਹਾ ਹੈ, ਜਿਸਦੇ ਲਈ ਅਲਕਾ ਯਾਗਨਿਕ ਨੇ ਕਿਹਾ ਹੈ ਕਿ ਮੇਰੇ ਲਈ ਦੁਆ ਕਰੋ। ਅਲਕਾ ਯਾਗਨਿਕ ਦੇ ਗੀਤ ਐਸੇ ਨੇ ਜੋ ਕੰਨਾਂ ਦੇ ਵਿੱਚ ਸ਼ਹਿਦ ਵਾਂਗ ਘੁਲ ਜਾਂਦੇ ਨੇ ਤੇ ਅਲਕਾ ਯਾਗਨਿਕ ਨੇ ਜਿਸ ਤਰ੍ਹਾਂ ਦੇ ਨਾਲ ਸਭ ਨੂੰ ਐਂਟਰਟੇਨ ਕੀਤਾ ਹੈ, ਜਿਸ ਤਰ੍ਹਾਂ ਦੇ ਨਾਲ ਕਈ ਐਕਟਰਸ ਦੀ ਇੱਕ ਕਮਾਲ ਦੀ ਆਵਾਜ਼ ਬਣੀ ਹੈ, ਦਿਲੋਂ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਤੇ ਉਹਨਾਂ ਲੋਕਾਂ ਤੋਂ ਹੀ ਅਲਕਾ ਯਾਗਨਿਕ ਨੇ ਦੁਆ ਕਰਨ ਦੀ ਦਰਖਾਸਤ ਕੀਤੀ ਹੈ।